ਸਾਤਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਮੈਂ ਲਾਪ੍ਰਿਤ ਸੰਧੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਮਾਚਾਰ ਸਾਰ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਹੁੰਦੇ ਨੇ ਉੱਗੇ ਵਿਸ਼ਲੇਸ਼ਕ ਜਸਵਿੰਦਰ ਯਾਦ ਜੀ ਜੋ ਖਬਰਾਂ ਉੱਤੇ ਆਪਣੀ ਨਜ਼ਰ ਬਣਾਈ ਰੱਖਦੇ ਨੇ ਆਓ ਗੱਲਬਾਤ ਦਾ سلسلہ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜਸਵਿੰਦਰ ਜੀ ਪ੍ਰੋਗਰਾਮ ਸਮਾਚਾਰ ਸਾਰ ਵਿੱਚ ਸਵਾਗਤ ਹੈ ਜੀ ਸ਼ੁਕਰੀਆ ਸ਼ੁਕਰੀਆ ਜੀ ਜਸਵਿੰਦਰ ਜੀ ਜੇਕਰ ਗੱਲ ਕਰੀਏ ਤਾਂ ਭਾਜਪਾ ਕੇਂਦਰ ਚ ਵੀ ਹੈ ਤੇ ਭਾਜਪਾ ਸੂਬਿਆਂ ਚ ਵੀ ਵਿਛਰਦੀ ਹੈ ਪਰ ਪੰਜਾਬ ਵਿੱਚ ਭਾਜਪਾ ਤੇ ਕਈ ਨਵੇਂ ਪਰਚੇ ਨੇ ਇਨਾਂ ਦੀ ਪਰਚਿਆਂ ਦੀ ਸਥਿਤੀ ਕੀ ਹੈ ਤੇ ਕਿਹੜੇ-ਕਿਹੜੇ ਪਰਚੇ ਨੇ ਦੇਖੋ ਜੇਕਰ ਮੈਂ ਗੱਲ ਕਰਾਂ ਨਾ ਕਿ ਭਾਜਪਾ ਦੇ ਉੱਤੇ ਕਿਹੜੇ ਪਰਚੇ ਨੇ ਹਾਲਾਂਕਿ ਕੁਝ ਕਾਂਗਰਸੀ ਵੀ ਨੇ ਜਿਹੜੇ ਭਾਜਪਾ ਦੇ ਵਿੱਚ ਗਏ ਨੇ ਤੇ ਉਹਨਾਂ ਦੇ ਵਿੱਚ ਵੀ ਪਰਚੇ ਨੇ ਜੀ ਕੁਝ ਪੁਰਾਣੇ ਕਾਂਗਰਸੀ ਵੀ ਨੇ ਪਰ ਜਿਸ ਐਂਗਲ ਤੋਂ ਤੁਸੀਂ ਇਸ ਗੱਲ ਨੂੰ ਪੁੱਛ ਰਹੇ ਹੋ ਉਹ ਮਸਲਾ ਹੈਗਾ ਭਾਜਪਾ ਦੇ ਲੀਡਰਸ਼ਿਪ ਉੱਤੇ ਇੱਕ ਪਰਚੇ ਦਾ ਜੀ ਕਰੋਨਾ ਦਾ ਸਮਾਂ ਸੀ ਜਦੋਂ ਕੈਪਟਨ ਮੁੱਖ ਮੰਤਰੀ ਸਾਹਿਬ ਹੁੰਦੇ ਸੀ ਰੂਸਾ ਆਲਮ ਦਾ ਜਿਹੜੇ ਡੇਰੇ ਨੇ ਉਹ ਪੰਜਾਬ ਚ ਹੁੰਦੇ ਸੀ ਜਾਂ ਕਹਿ ਲਓ ਭਾਰਤ ਚ ਹੁੰਦੇ ਸੀ ਸਾਰੇ ਵਿਰੋਧ ਕਰਦੇ ਸੀ ਇਸ ਕਾਲ ਦਾ ਜੀ ਤੇ ਭਾਜਪਾ ਨੂੰ ਲੱਗਿਆ ਕਿ ਅਸੀਂ ਵੀ ਹਾਜ਼ਰੀ ਲਵਾਈਏ ਅਸੀਂ ਵੀ ਇਹਦਾ ਵਿਰੋਧ ਕਰੀਏ ਤਾਂ ਉਹਨਾਂ ਨੇ ਵਿਰੋਧ ਅਲਿਕ ਲਿਆ ਪਹਿਲਾਂ ਪਟਿਆਲਾ ਅਲਿਕ ਲਿਆ ਪਟਿਆਲਾ ਤੋਂ ਬਾਅਦ ਉਹਨੂੰ ਲੱਗਿਆ ਵੀ ਨਹੀਂ ਸਾਨੂੰ ਸਰਕਾਰੀ ਕੋਠੀ ਦਾ ਜਿਹੜਾ ਉਹ ਘਰਾਓ ਕਰਨਾ ਚਾਹੀਦਾ ਹੈ ਤੇ ਉਹਨਾਂ ਨੇ ਘਰਾਓ ਵਾਲਾ ਜਿਹੜਾ ਆਪਣਾ ਪ੍ਰੋਗਰਾਮ ਸੀਗਾ ਉਹ ਸਰਕਾਰੀ ਕੋਠੀ ਚੰਡੀਗੜ੍ਹ ਦਾ ਅਲਿਕ ਲਿਆ ਚੰਡੀਗੜ੍ਹੇ ਚਲੇ ਗਏ ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਥੇ ਮੰਤਰੀ ਨੇ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਜਿੱਥੇ ਵੱਡੇ ਅਫਸਰ ਨੇ ਉਹਨਾਂ ਦੇ ਇੱਕ ਘੇਰੇ ਦੇ ਵਿੱਚ ਦਫਾ 144 ਲੱਗੀ ਹੁੰਦੀ ਹੈ ਜੀ ਜਿੱਥੇ ਚਾਰ ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਜਾਂ ਅਸੀਂ ਕਹਿ ਲਈਏ ਕਿ ਕੋਈ ਉੱਥੇ ਧਰਨਾ ਪ੍ਰਦਰਸ਼ਨ ਰੋਸ ਆ ਜਿਹੜਾ ਉਸ ਧਾਇਰੇ ਉਸ ਘੇਰੇ ਵਿੱਚ ਨਹੀਂ ਕੀਤਾ ਜਾ ਸਕਦਾ ਤਾਂ ਇਹ ਕਰੋਨਾ ਸਮਾਂ ਸੀ ਕਰੋਨਾ ਦੇ ਦੌਰ ਦੇ ਵਿੱਚ ਤਾਂ ਦਫਾ 144 ਵੈਸੇ ਹੀ ਪੰਜਾਬ ਦੇ ਵਿੱਚ ਲੱਗੀ ਹੋਈ ਸੀ ਖਾਸ ਕਰਕੇ ਜਦੋਂ ਪੂਰੇ ਦਾ ਪੂਰਾ ਜੋਰ ਸੀ ਉਸ ਵਕਤ ਲੱਗੀ ਹੋਈ ਸੀ ਤਾਂ ਇਹ ਪੂਰੇ ਦੇ ਪੂਰੇ ਮਸਲੇ ਦੇ ਉੱਤੇ ਜਦੋਂ ਇਹਨਾਂ ਨੇ ਜਾ ਕੇ ਉੱਥੇ ਦਫਾ 144 ਦੇ ਘੇਰੇ ਦੇ ਵਿੱਚ ਵਿਰੋਧ ਕੀਤਾ ਤਾਂ ਉੱਥੇ ਧਾਰਾ 188 ਦੇ ਇਹਨਾਂ ਦੇ ਉੱਤੇ ਜਿਹੜੇ ਕੇਸ ਰਜਿਸਟਰ ਹੋਏ ਜੀ ਧਾਰਾ 188 ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਹੁਤੇ ਵਾਰੀ ਕੀ ਹੁੰਦਾ ਕਿ ਸਰਕਾਰਾਂ ਇਹ ਕੇਸ ਆਪ ਹੀ ਵਾਪਸ ਲੈ ਲੈਂਦੇ ਹਨ ਬਹੁਤ ਥੋੜਾ ਹੁੰਦੇ ਨੇ ਚਾਂਸ ਬਹੁਤ ਘੱਟ ਚਾਂਸ ਹੁੰਦੇ ਨੇ ਜਦੋਂ ਇਹ ਕੇਸ ਜਿਹੜੇ ਕੋਰਟ ਦੇ ਵਿੱਚ ਜਾਂਦੇ ਨੇ ਜੀ ਵੈਸੇ ਨਿਬੜਨ ਬੜਾ ਜਾਂਦੇ ਨੇ ਪਰ ਇਹਨਾਂ ਨੇ ਗੌਲਿਆ ਨਹੀਂ ਉਹਨਾਂ ਨੇ ਨਿਬੇੜਿਆ ਨਹੀਂ ਹਾਲਾਂਕਿ ਦੇਖੋ ਜੇਕਰ ਮੈਂ ਗੱਲ ਕਰਾਂ ਚੰਡੀਗੜ੍ਹ ਵਿੱਚ ਵੀ ਇਹ ਬੈਠੇ ਨੇ ਇਹ ਵੱਖਰੇਆ ਵੱਖਰੇਆ ਰਾਜਾਂ ਵਿੱਚ ਵੀ ਬੈਠੇ ਨੇ ਇਹ ਕੇਂਦਰ ਵਿੱਚ ਵੀ ਭਾਜਪਾ ਬੈਠੀ ਹੈ ਪਰ ਮਸਲਾ ਕੀ ਹੈ ਕਿ ਇਹਨਾਂ ਨੇ ਸ਼ਾਇਦ ਤਾਂ ਹੀ ਨਹੀਂ ਗੌਲਿਆ ਨਹੀਂ ਗੌਲਿਆ ਤਾਂ ਮਸਲਾ ਕੀ ਬਣ ਗਿਆ ਹੁਣ ਇਹ ਕਹਿੰਦੇ ਵੀ ਅਸੀਂ ਇਹਨਾਂ ਕੇਸਾਂ ਦੇ ਵਿੱਚੋਂ ਨਿਕਲਣਾ ਚਾਹੁੰਦੇ ਆ ਪਰ ਕੋਰਟ ਕਹਿੰਦੀ ਭਾਈ ਹੁਣ ਤੈਨੂੰ ਭੁਗਤਨੇ ਪੈਣਗੇ ਜੀ ਬਹੁਤ ਥਾਂ ਤੇ ਆਏ ਹੋਇਆ ਹੈ ਕਿ ਕੇਸੇ ਹੋ ਜਾਂਦੇ ਨੇ ਤੇ ਅਗਲਾ ਅਣਗੌਲੇ ਕਰ ਜਾਂਦਾ ਧਾਰਾ 188 ਦੇ ਪਰਚੇ ਨੂੰ ਮੁਕੱਦਮੇ ਨੂੰ ਤੇ ਫਿਰ ਇਹਦੇ ਵਿੱਚ ਸਜ਼ਾ ਵੀ ਹੋ ਜਾਂਦੀ ਹੈ ਕੁਝ ਨਾਮੀ ਲੋਕਾਂ ਨੂੰ ਵੀ ਹੋਈ ਹੈ ਦੇਖਦੇ ਆ ਮੇਰੇ ਖਿਆਲ ਦੇ ਨਾਲ ਪੰਜਾਬ ਦੀ ਜਿਹੜੀ ਲੀਡਰਸ਼ਿਪ ਦਾ ਗੁੱਸਾ ਇਹ ਵੀ ਹੋਊਗਾ ਕਿ ਤੁਸੀਂ ਬੈਠੇ ਸੈਂਟਰ ਵਿੱਚ ਤੁਸੀਂ ਬੈਠੇ ਚੰਡੀਗੜ੍ਹ ਵਿੱਚ ਤੁਸੀਂ ਬੈਠੇ ਵੱਡੇ ਰਾਜਾਂ ਵਿੱਚ ਤੇ ਅਸੀਂ ਦਫਾ 144 ਦੇ ਵਿੱਚ 188 ਧਾਰਾ ਵਾਲੇ ਫਰਚੇ ਭੁੱਤ ਦੇ ਫਿਰਦੇ ਆ ਸਵਾਲ ਇਹ ਵੱਡਾ ਬਣ ਗਿਆ ਪਰ ਇਹ ਮੇਰੇ ਖਿਆਲ ਦੇ ਨਾਲ ਕਿਉਂ ਵਾਪਰਿਆ ਇਹ ਅਣਗਹਿਲੀ ਦੇ ਨਾਲ ਜਾਂ ਅਣਦੇਖੀ ਨਾਲ ਵਾਪਰਿਆ ਪਰ ਹੁਣ ਭਾਜਪਾ ਦੀ ਲੀਡਰਸ਼ਿਪ ਲਈ ਇਹ ਗਲੇ ਦੀ ਹੱਡੀ ਬਣ ਗਿਆ ਅਗਲੀ ਗੱਲ ਤੁਹਾਨੂੰ ਦੱਸਦਾ ਹਾਂ ਜੀ ਇਹ ਕਿਹਦੇ ਵਿਰੋਧ ਕਰ ਰਹੇ ਸੀ ਪ੍ਰਦਰਸ਼ਨ ਕੈਪਟਨ ਮਨਿੰਦਰ ਜੀ ਦੇ ਵਿਰੋਧ ਜੀ ਜੀ ਦੇ ਵਿਰੋਧ ਦੇ ਪ੍ਰਦਰਸ਼ਨ ਕਰ ਰਹੇ ਸੀ ਅੱਜ ਜੋ ਇਹਨਾਂ ਦੇ ਨਾਲ ਹੈ ਜੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਅੱਜ ਉਹ ਇਹਨਾਂ ਦੀ ਕੌਮੀ ਕਾਰਜਕਾਰੀ ਕਮੇਟੀ ਦਾ ਮੈਂਬਰ ਹੈ ਜੀ ਤੇ ਮੇਰੇ ਖਿਆਲ ਨਾਲ ਕੈਪਟਨ ਸਾਹਿਬ ਤਾਂ ਹੱਸਦੇ ਹੋਣਗੇ ਵੀ ਭਾਜਪਾ ਵਾਲੇ ਮੇਰੇ ਵਿਰੁੱਧ ਜਿਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਸੀ ਅੱਜ ਇਹ ਭੁਗਤ ਤੇ ਫਿਰਦੇ ਅਤੇ ਮੈਂ ਇਹਨੂੰ ਇਹਨਾਂ ਦੇ ਸਿਰ ਤੇ ਤਾਂ ਨਹੀਂ ਮੈਂ ਕਹੂੰਗਾ ਮੈਨੂੰ ਇਹਨਾਂ ਤੋਂ ਵੱਡੇ ਅਹੁਦੇ ਦੇ ਨਾਲ ਨਿਵਾਜ ਦਿੱਤਾ ਹੈ ਇਹ ਰਾਜਨੀਤੀ ਹੈ ਲਾਪਰੀਤ ਇਸ ਤਰੀਕੇ ਨਾਲ ਹੁੰਦਾ ਰਹਿੰਦਾ ਜੀ ਜਿਕਰ ਕੇ ਗੱਲ ਕਰੀ ਤੇ ਹਰਿਆਣਾ ਚ ਸਰਪੰਚਾਂ ਨੇ ਸੌਹ ਚੁਕਣੀ ਸੀ ਕਹਿੰਦੇ ਕਿਸੇ ਹੋਰ ਦੀ ਥਾਂ ਤੇ ਕੋਈ ਹੋਰ ਹੀ ਸੌਹ ਚੱਕ ਗਿਆ ਇਹ ਸਹਿਮਤੀ ਨਾਲ ਹੋਇਆ ਜਾਂ ਫਿਰ ਜੀ ਕੋਈ ਸਾਜ਼ਿਸ਼ ਹੈ ਕੀ ਹੈ ਜੀ ਸਾਰਾ ਮਾਮਲਾ ਜਦੋਂ ਅਸੀਂ ਦੇਖਦੇ ਹਾਂ ਨਾ ਇਦਾਂ ਦੀਆਂ ਘਟਨਾਵਾਂ ਤੇ ਮੈਂ ਕਹਿਣਾ ਹੁੰਦਾ ਕਿ ਪੰਜਾਬ ਦਾ ਭਾਰਤ ਦਾ ਜਾਂ ਕਹਿ ਲਈਏ ਕਿ ਭਾਰਤ ਦੇ ਹਰ ਹਰ ਸਟੇਟ ਦਾ ਲੋਕਤੰਤਰ ਨਾਲ ਲਾਏ ਜੀ ਇਸ ਲੋਕਤੰਤਰ ਨੂੰ ਮੰਨਣਾ ਚਾਹੀਦਾ ਹੈ ਦੁਨੀਆ ਨੂੰ ਸਾਡੇ ਤੋਂ ਸੇਧ ਲੈਣੀ ਚਾਹੀਦੀ ਹੈ ਸਾਡੇ ਸੰਵਿਧਾਨ ਦੇ ਵਿੱਚ ਇੱਕ ਮਦ ਹੈ ਜਿੱਥੇ ਲਿਖਿਆ ਹੋਇਆ ਹੈ ਭਾਰਤੀ ਸੰਵਿਧਾਨ ਲਚਕੀਲਾ ਤੇ ਕਠੋਰ ਹੈ। ਕਠੋਰ ਕਿੰਨਾ ਲਈ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ। ਲਚਕੀਲਾ ਕਿੰਨਾ ਲਈ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ। ਮੇਰੀ ਗੱਲ ਦਾ ਅੰਦਾਜ਼ਾ ਗਲਤ ਨਾ ਲਾਇਆ ਜਾਵੇ। ਮੇਰੇ ਕਹਿਣ ਦਾ ਭਾਵ ਕਿ ਹਰ ਇੱਕ ਲਈ ਇਹ ਲਚਕੀਲਾ ਤੇ ਹਰ ਇੱਕ ਲਈ ਇਹ ਕਠੋਰ ਹੈ। ਜੀ। ਪਰ ਇੱਥੇ ਤਾਂ ਸਾਡਾ ਲੋਕਤੰਤਰ ਵੀ ਬੜਾ ਲਚਕੀਲਾ ਹੈ। ਸੌ ਕਿਉ ਚੱਕੀ ਜਾਂਦੀ ਹੈ। ਕਿ ਮੈਂ ਉਸ ਜਾਪਤੇ ਦੇ ਵਿੱਚ ਰਹਿ ਕੇ ਭੇਦ ਗੁਪਤ ਰੱਖ ਕੇ ਜਿਹੜੇ ਕੰਮ ਹੈ ਉਹ ਕਰੂੰਗਾ ਜੀ ਹਰਿਆਣਾ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਇਸ ਵਾਰੀ ਔਰਤਾਂ ਦੀ ਸ਼ਮੂਲੀਅਤ ਵੀ ਵੱਡੀ ਰਹੀ ਤੇ ਇੱਕ ਸਰਪੰਚ ਸਾਹਿਬ ਦੇ ਉੱਤੇ ਜਿਹੜਾ ਕੇਸ ਹੋ ਗਿਆ ਪੁਲਿਸ ਨੂੰ ਉਮੀਦ ਸੀ ਕਿ ਅੱਜ ਇੱਥੇ ਸੌਂਚੁੱਕ ਸਮਾਗਮ ਵਿੱਚ ਉਹ ਪੁਲਿਸ ਦੇ ਡਿੱਕੇ ਜਰੂਰ ਆਊਗਾ ਜੀ ਤਾਂ ਜਦੋਂ ਉਹਨੇ ਵੇਖਿਆ ਕਿ ਉਹਦਾ ਭਰਾ ਆ ਗਿਆ ਉਹਦਾ ਪਿਓ ਆ ਗਿਆ ਜਿਹੜੀ ਪੁਲਿਸ ਸੀ ਉਹ ਹੋਰ ਮੁਸਤਾਕ ਹੋ ਗਈ ਪਰ ਉਹ ਨਹੀਂ ਆਇਆ ਜੀ ਜਦੋਂ ਪੁੱਛਿਆ ਗਿਆ ਸੌਹ ਉਹਦੇ ਪਿਤਾ ਜੀ ਕਹਿੰਦੇ ਜੀ ਮੈਂ ਚੱਕ ਲੈਣਾ ਤੁਸੀਂ ਲਿਖ ਦਿਓ ਜੀ ਉਹਨਾਂ ਨੇ ਲਿਖ ਦਿੱਤੀ ਤੇ ਜਦੋਂ ਪਿਤਾ ਜੀ ਚੱਕਰ ਲੱਗੇ ਤਾਂ ਉਹ ਤੋਂ ਪੜੀ ਨਾ ਗਈ ਉਹਦਾ ਭਰਾ ਕੋਲੇ ਖੜਾ ਕਹਿੰਦਾ ਜੀ ਤੁਸੀਂ ਛੱਡੋ ਇਸ ਨੂੰ ਤੁਸੀਂ ਹੋਰ ਲਿਖ ਦਿਓ ਪੇਜ ਤੇ ਲਿਖਣੀ ਆ ਸੌਹ ਇਹ ਪਿਤਾ ਜੀ ਤੋਂ ਪੜੀ ਨਹੀਂ ਜਾਂਦੀ ਮੈਂ ਚੱਕ ਲੈਣਾ ਉਹ ਕਹਿੰਦੇ ਚਲੋ ਜੀ ਤੁਹਾਡੀ ਖਾਤਰ ਲਿਖ ਦਿੰਨੀ ਆ ਉਹਨਾਂ ਖਾਤਰ ਲਿਖ ਦਿੱਤੀ ਬਹੁਤੀਆਂ ਬੀਬੀਆਂ ਐਦਾਂ ਦੀਆਂ ਸੀ ਜਿਹੜੀਆਂ ਨਹੀਂ ਪਹੁੰਚੀਆਂ ਜਾਂ ਪਹੁੰਚੀਆਂ ਪਰ ਉਹਨਾਂ ਨੂੰ ਸੌਂ ਚੱਕਣੀ ਨਹੀਂ ਆਉਂਦੀ ਸੀ ਉਹਨਾਂ ਦੇ ਪਤੀ ਸ਼ਿਰੀ ਨੇ ਸੌਂ ਚੱਕੀ ਜੀ ਤੇ ਬਹੁਤੀਆਂ ਬੀਬੀਆਂ ਨੇ ਢੰਡ ਚੱਕ ਕੇ ਜਿਹੜੀ ਸੌਂ ਚੱਕੀ ਤੇ ਬਹੁਤੀਆਂ ਬੀਬੀਆਂ ਨੇ ਢੰਡ ਕੱਢ ਕੇ ਸੌਂ ਚੱਕੀ ਹਾਲਾਂਕਿ ਕੁਝ ਕਸਬੇ ਕੁਝ ਕਲਚਰ ਇਸ ਵਨਸਵੰਨੇ ਰਾਜ ਦੇ ਵਿੱਚ ਇਸ ਤਰੀਕੇ ਦੇ ਆ ਕਿ ਉੱਥੇ ਤੁਸੀਂ ਢੰਡ ਔਰਤ ਨਹੀਂ ਚੱਕ ਸਕਦੀ ਮੈਂ ਕਦੇ-ਕਦੇ ਹੈਰਾਨ ਹੋ ਜਾਂਦਾ ਇਹਨਾਂ ਗੱਲਾਂ ਉੱਤੇ ਕਿ ਤੁਸੀਂ ਲੋਕਤੰਤਰੀ ਪ੍ਰਣਾਲੀ ਦੇ ਬੇਸ ਦੀ ਜਿਹੜੀ ਚੋਣ ਹੈ ਪੰਚਾਇਤ ਦੀ ਲੜ ਲਈ ਹੈ ਤੁਸੀਂ ਸੇਧ ਦੇਣੀ ਹੈ ਸਮਾਜ ਨੂੰ ਪਰ ਸੇਧ ਦੇਣੀ ਹੈ ਤਾਂ ਕਦੇ ਇੱਕ ਸਫਾਈ ਸ਼ੁਰੂ ਕਰਨੀ ਤਾਂ ਘਰ ਤੋਂ ਕਰੋ ਜੇ ਚੰਗਾਈ ਸ਼ੁਰੂ ਕਰਨੀ ਹੈ ਘਰ ਤੋਂ ਕਰੋ ਤੁਸੀਂ ਐਗਜ਼ਾਮਪਲ ਸੈੱਟ ਕਰੋ ਜੀ ਇੱਥੇ ਐਗਜ਼ਾਮਪਲ ਸੈੱਟ ਨਹੀਂ ਹੋਈ ਉਹਨਾਂ ਨੇ ਕੁੰਡ ਦੇ ਵਿੱਚ ਸੌਂ ਚੱਕੀ ਹੈ ਕਈਆਂ ਦੇ ਪੱਧੀਆਂ ਨੇ ਕਿ ਚੱਕੀ ਹੈ ਤਾਂ ਇਹ ਸੌਂ ਚੁੱਕ ਜਿਹੜਾ ਸਮਾਗਮ ਹੈ ਇਸ ਨੂੰ ਆਏ ਨਾ ਲਿਆ ਜਾਵੇ ਕਿਉਂਕਿ ਇਸ ਤਰੀਕੇ ਨਾਲ ਹੁੰਦਾ ਹੈ ਪਿਛਲੇ ਦਿਨਾਂ ਦੀ ਗੱਲ ਤੁਹਾਨੂੰ ਮੈਂ ਦੱਸਦਾ ਹੈ Rajasthan ਦੇ ਵਿੱਚ ਇੱਕ ਭਾਜਪਾ ਦੀ ਮੰਤਰੀ ਹੈ ਬੀਬੀ ਜੀ ਇੱਕ ਕਾਂਗਰਸ ਦੀ ਵਿਧਾਇਕ ਹੈ ਉਹਨਾਂ ਨੇ ਪੁਲਿਸ ਅਫਸਰਾਂ ਦੇ ਲੰਪਣ ਬਾਰੇ ਨਹੀਂ ਹਾਲਾਂਕਿ ਇਹ ਰਜਵਾੜਿਆਂ ਦਾ ਰਾਜ ਨਹੀਂ ਹੁਣ ਲੋਕਤੰਤਰ ਹੈ ਜੇ ਕੋਈ ਗਲਤੀ ਕਰੂਗਾ ਉਹਦਾ ਇਨਕਰੀਮੈਂਟ ਰੋਕ ਲਓ ਉਹਦੇ ਉੱਤੇ ਹੋਰ ਕਾਰਵਾਈ ਕਰ ਦਿਓ ਉਹਦੀ ਬਦਲੀ ਕਰ ਦਿਓ ਉਹਨੂੰ ਅਡਵਾਈਸ ਲੈਟਰ ਕੱਢ ਦਿਓ ਉਹਨੂੰ ਕਾਰਨ ਦੱਸੋ ਲੈਟਰ ਕੱਢ ਦਿਓ ਉਹਨੂੰ ਕੁਝ ਸਮੇਂ ਦੇ ਲਈ ਨੌਕਰੀ ਤੋਂ ਹਟਾ ਦਿੱਤਾ ਜਾਵੇ ਇਹ ਸਾਰੇ ਤਰੀਕੇ ਨੇ ਪਰ ਉੱਥੇ ਇਸ ਤਰੀਕੇ ਦੇ ਨਾਲ ਹੋਇਆ ਪਿੱਛੇ ਲੈ ਜਾਓ ਪੰਜਾਬ ਦੇ ਵਿੱਚ ਨਾ ਮੈਂ ਨਾਂ ਨਹੀਂ ਲੈਂਦਾ ਫਿਰ ਤੁਸੀਂ ਅੰਦਾਜ਼ਾ ਲਾ ਲਓਗੇ ਪੰਜਾਬ ਦੇ ਵਿੱਚ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਸੀ ਇੱਕ ਉਹਨਾਂ ਦੇ ਸਮੇਂ ਵਿੱਚ ਨਵੇਂ-ਨਵੇਂ ਟੈਲੀਫੋਨ ਲੱਗ ਗਏ ਤਾਂ ਉਦੋਂ ਹੀ ਉਹ ਟੈਲੀਫੋਨ ਵਜਦਾ ਸੀ ਤਾਂ ਉਹ ਟੈਲੀਫੋਨ ਨੂੰ ਵੀ ਕਈ ਔਰਤਾਂ ਘੁੰਡ ਕੱਢ ਕੇ ਚੱਕਦੀਆਂ ਸੀ ਉਹਨੂੰ ਇਸ ਵੀ ਸ਼ਾਇਦ ਇਹਦੇ ਵਿੱਚ ਦੀ ਗਾਂ ਪਤਾ ਲੱਗ ਜੂਗਾ ਤੇ ਕੋਈ ਚੱਕਦਗਾ ਹੀ ਨਹੀਂ ਸੀ ਕਿ ਅਸੀਂ ਬਗਾਨੇ ਬੰਦੇ ਨਾਲ ਗੱਲ ਨਹੀਂ ਕਰਨੀ ਇਸ ਤਰੀਕੇ ਨਾਲ ਮੈਂ ਤਾਂ ਦੁਨੀਆ ਨੂੰ ਅਪੀਲ ਕਰਦਾ ਸਾਡੇ ਤੋਂ ਸਿੱਖੋ ਯਾਰ ਤੁਸੀਂ ਅਸੀਂ ਤੁਹਾਡੇ ਤੋਂ ਨਹੀਂ ਸਿੱਖਦੇ ਤੁਸੀਂ ਸਾਡੇ ਤੋਂ ਸਿੱਖੋ ਇਹ ਹੁੰਦਾ ਲੋਕਤੰਤਰ ਕਿਉਂਕਿ ਇਹਦੇ ਵਿੱਚ ਪੂਰੀ ਖੁੱਲ੍ਹ ਹੈ ਲੋਕਾਂ ਨੂੰ ਉਹ ਕੋਈ ਕਿਸੇ ਦੀ ਆ ਕੇ ਸੌਹ ਚੱਕ ਜੇ ਕੋਈ ਗੱਲ ਨਹੀਂ ਸੌਹੀ ਚੱਕਣੀ ਹੈ ਵੈਸੇ ਵੀ ਲੱਭਦੇ ਜਿਹੜੇ ਚੱਕਦੇ ਉਹ ਕੋੜਾ ਨਮਾਉਂਦੇ ਆ ਤੇ ਜੇਕਰ ਉਹਦੇ ਚਾਚੇ ਤਾਈ ਨੇ ਭਰਾ ਨੇ ਪਤੀ ਨੇ ਚੱਕ ਲਈ ਤਾਂ ਇਹ ਨੋਕੀ ਘਟਨਾ ਨਹੀਂ ਇਸ ਤਰੀਕੇ ਨਾਲ ਹੁੰਦਾ ਰਹਿੰਦਾ ਜੀ ਜੇਕਰ ਕੇ ਗੱਲ ਕਰੀ ਤਾਂ ਕੇਂਦਰ ਦੀ ਸਿਹਤ ਯੋਜਨਾ ਸਕੀਮ ਦੀ ਸਿਹਤ ਵਿਗੜ ਗਈ ਹੈ ਜੀ ਕਾਫੀ ਵੱਡਾ ਜਿਹੜਾ ਘਟਾਲਾ ਉਹ ਸਾਹਮਣੇ ਆਇਆ ਕੀ ਹੈ ਜੀ ਸਾਰਾ ਮਾਮਲਾ ਦੇਖੋ ਇੱਕ ਕਾਰਡ ਆ ਸ਼ੁਮਾਨ ਬਾਬਾ ਜਿਹੜੇ ਕੇਂਦਰ ਤੋਂ ਚੱਲਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਇਹਦੇ ਉੱਤੇ 5 ਲੱਖ ਦਾ ਇਲਾਜ ਫਰੀ ਹੁੰਦਾ ਹੈ ਜੀ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਕਾਰਡ ਚੱਲੇ ਹੀ ਨਹੀਂ ਕਦੇ ਜੀ ਜਦੋਂ ਤੁਸੀਂ ਇਹ ਕਾਰਡ ਬਣਾ ਲੈਨੇ ਹੋ ਜਾਂ ਤਾਂ ਸਭ ਤੋਂ ਸ਼ੁਰੂ ਵਿੱਚ ਜਿਸ ਕੰਪਨੀ ਨੇ ਇਹ ਕਾਰਡ ਬਣਾਏ ਸੀ ਉਹ ਕੰਪਨੀ ਹੱਥ ਖੜੇ ਕਰ ਗਈ ਸੀ ਬਾਅਦ ਵਿੱਚ ਇਹਦਾ ਟੈਂਡਰ ਕਿਸੇ ਹੋਰ ਨੂੰ ਦਿੱਤਾ ਗਿਆ ਉੱਥੇ ਕੁਝ ਰਜਿਸਟਰਡ ਹੋਏ ਤੇ ਕੁਝ ਨਹੀਂ ਹੋਏ ਮੇਰੇ ਕਹਿਣ ਦਾ ਭਾਵ ਕਿ ਇਹ ਸੇਤ ਸਹੂਲਤ ਲੋਕਾਂ ਨੂੰ ਜਿਸ ਤਰੀਕੇ ਨਾਲ ਮਿਲਣੀ ਚਾਹੀਦੀ ਸੀ ਮਿਲੀ ਨਹੀਂ ਜੀ ਇਸ ਤੋਂ ਅੱਗੇ ਜਿਨ੍ਹਾਂ ਨੂੰ ਮਿਲੀ ਉਹ ਜਦੋਂ ਜਾਂਦੇ ਸੀ ਹਸਪਤਾਲ ਦੇ ਵਿੱਚ ਤੋ ਕਹਿੰਦੇ ਸੀ ਜੀ ਮੇਰੇ ਕੋਲ ਇਹ ਸ਼ਮਾਨ ਬਾਬ ਵਾਲਾ ਕਾਰਡ ਆ 5 ਲੱਖ ਵਾਲਾ ਉਹ ਕਹਿੰਦੇ ਸੀ ਜੀ ਇਸ ਕਾਰਡ ਤਾਂ ਤੁਹਾਡੇ ਕੋਲੇ ਹੈਗਾ ਆਪਣੀ ਸਾਈਟ ਬੰਦ ਆ ਸਾਈਟ ਹੀ ਨਹੀਂ ਚੱਲਦੀ ਜੀ ਅਸੀਂ ਕੀ ਕਰੀਏ ਫੇਰ ਉੱਥੇ ਜੇਬ ਚੋਂ ਦੇਣੇ ਪੈਂਦੇ ਸੀ ਇਹ ਆਪਣੇ ਆਪ ਵਿੱਚ ਤਾਂ ਐ ਫਲੌਪ ਸੀ ਪਰ ਇਸ ਤੋਂ ਅੱਗੇ ਜੇਕਰ ਮੈਂ ਕਹਾਂ ਪੂਰੇ ਭਾਰਤ ਦੇ ਵਿੱਚ 600 ਤੋਂ 20 ਨਿੱਜੀ ਹਸਪਤਾਲਾਂ ਨੂੰ ਹਾਲਾਂਕਿ ਸਰਕਾਰੀ ਸਾਰਿਆਂ ਵਿੱਚ ਚੱਲਦਾ ਨਿੱਜੀ ਹਸਪਤਾਲਾਂ ਨੂੰ ਕਹਿ ਦਿੱਤਾ ਸੀ ਕਿ ਇੱਥੇ ਇਹਦਾ ਇਲਾਜ ਆ ਜਿਹੜਾ ਉਹ ਹੋਊਗਾ ਤੇ ਪੈਸੇ ਜਿਹੜੇ ਭੁਗਤਾਨ ਆ ਜਿਹੜਾ ਉਹ ਸਰਕਾਰ ਕਰੂਗੀ ਜੀ ਘਟਨਾ ਇਹ ਹੈਗੀ ਹੈ ਮੱਧ ਪ੍ਰਦੇਸ਼ ਦੀ ਜੀ 120 ਨਿੱਜੀ ਹਸਪਤਾਲਾਂ ਨੇ ਇਹਦੇ ਵਿੱਚ 200 ਕਰੋੜ ਦਾ ਕਪੜਾ ਜਿਹੜਾ ਕੀਤਾ ਤੇ ਉਹ ਕਪੜੇ ਦੇ ਵਿੱਚ ਮੇਰੇ ਕੋਲ ਜਿਹੜੀ ਜਾਣਕਾਰੀ ਹੈ ਕਿ 15 ਹਸਪਤਾਲਾਂ ਨੂੰ ਤਾਂ ਕਾਰਨ ਦੱਸੋ ਨੋਟਸ ਜਿਹੜਾ ਜਾਰੀ ਹੋਇਆ ਤੇ 104 ਹਸਪਤਾਲਾਂ ਨੂੰ ਜੁਰਮਾਨਾ ਵੀ ਹੋਇਆ ਤੇ ਕੁਝ ਦੇ ਉੱਤੇ ਇਸ ਤੋਂ ਅਗਲੀ ਕਾਰਵਾਈ ਵੀ ਹੋਈ ਹੈ ਸਖਤ ਕਾਰਵਾਈ ਵੀ ਹੋਈ ਹੈ ਜੀ ਪਰ ਜਿਹੜਾ ਮੇਰੇ ਕੋਲੇ ਫਿਗਰ ਪਿਆ ਉਹ ਦੱਸਦਾ ਕਿ ਬਹੁਤ ਵੱਡਾ ਇਹ ਕਪੜਾ ਹੈ 620 ਨਿੱਜੀ ਹਸਪਤਾਲ ਨੇ ਪੂਰੇ ਭਾਰਤ ਦੇ ਵਿੱਚ ਜੀ ਜਿਹਦੇ ਵਿੱਚ 1048 ਕਰੋੜ 1048 ਕਰੋੜ 98 ਲੱਖ 19481 ਰੁਪਈਆ ਦਾ ਸਰਕਾਰ ਨੇ ਭੁਗਤਾਨ ਕੀਤਾ ਹੁਣ ਟਿੱਕਰ ਨਿੱਜੀ ਹਸਪਤਾਲਾਂ ਜੀ ਪਰ ਇਹ ਉਹ ਨਿੱਜੀ ਹਸਪਤਾਲ ਨੇ ਜਿਨ੍ਹਾਂ ਨੇ ਕੋਰੋਨਾ ਦੇ ਵਿੱਚ ਬਾਤ ਨਹੀਂ ਪੁੱਛੀ ਸੀ ਮੈਂ ਨਾਲੇ ਵੀ ਗੱਲ ਕਹਿ ਦੇਵਾਂ ਜੀ ਮੈਂ ਤਾਂ ਇਹ ਕਹਿਣਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਇਹ ਹੋਇਆ ਕਿਵੇਂ ਫਿਰ ਮੈਂ ਦੇ ਉੱਤੇ ਆਪਣੀ ਜਿਹੜੀ ਗੱਲ ਹੋਰ ਰੱਖੂੰਗਾ ਆਪਣੇ ਹੀ ਕਿਸੇ ਮਲਾਜ਼ਮ ਦਾ ਇਹ ਕਾਰਡ ਬਣਾਓ ਉਹਨੂੰ ਬੈੱਡ ਤੇ ਲਟਾ ਦਿਓ ਬਿੱਲ ਪਾਓ ਮਨਮਰਜ਼ੀ ਨਾਲ ਕੋਈ ਮਰੀਜ਼ ਆਇਆ ਇਲਾਜ ਕੀਤਾ 30000 ਦਾ ਬਿੱਲ ਪਾ ਦਿਓ 60000 ਦਾ ਉਹਨੂੰ ਕਹੋ ਬੋਲਣ ਦੀ ਲੋੜ ਨਹੀਂ 10000 ਤੂੰ ਲੈ ਜਾ 20 আর ਸਾਨੂੰ ਛੱਡ ਜਾ 30000 ਦਾ ਤੇਰਾ ਇਲਾਜ ਹੋਇਆ ਹੀ ਹੋਇਆ ਉਹ ਸਾਡੇ ਹੈਗੀ ਹੈਗੀ ਜੀ ਦੂਜਾ ਤਰੀਕ ਤੀਜਾ ਇਹਨਾਂ ਨੇ ਏਜੰਟ ਛੱਡੇ ਦੇ ਪਿੰਡਾਂ ਦੇ ਵਿੱਚ ਕੋਈ ਢਿੱਲਾ ਮਿਸਾ ਹੁੰਦਾ ਕਿਸੇ ਨੇ ਆਪਰੇਸ਼ਨ ਕਰਾਉਣਾ ਕਿਸੇ ਨੂੰ ਵੱਡੀ ਬਿਮਾਰੀ ਹੈ ਕੋਈ ਇਲਾਜ ਹੈ ਕਹਿੰਦਾ ਪਾਓ ਕਿ ਵਧੀਆ ਜੀ ਮੁਰਗੀ ਕੋਈ ਉਹਨੂੰ ਚੱਕਣਾ ਤੇ ਇਹਨਾਂ ਨਿੱਜੀ ਹਸਪਤਾਲਾਂ ਤੇ ਕਰਪਾਚਾਉਣਾ ਏਜੰਟ ਨੂੰ ਏਜੰਟ ਦਾ ਬਣਦਾ ਹੱਕ ਤਾਂ ਨਹੀਂ ਮੈਂ ਕਹੂੰਗਾ ਬਣਦਾ ਕਮਿਸ਼ਨ ਮਿਲ ਜੂਗਾ ਤੇ ਨਿੱਜੀ ਹਸਪਤਾਲ ਦੀ ਚਾਂਦੀ ਹੋ ਜੂਗੀ ਇਹ ਤਰੀਕਾ ਹੈ ਜੀ ਇਸ ਤਰੀਕੇ ਨਾਲ ਇਹਨਾਂ ਨੇ ਬਿੱਲ ਪਾਈ ਨੇ ਫੇਕ ਪੇਸ਼ੈਂਟ ਪਾ ਪਾ ਕੇ ਕਾਰਡਾਂ ਵਾਲੇ ਉਹਨਾਂ ਨਾਲ ਹਿਸਾਬ ਪੱਤੀ ਕਰਕੇ ਆਪਣੀ ਇਮਲਾਜਮਾਂ ਦੇ ਕਾਰਡ ਬਣਾ ਕੇ ਇਸ ਤਰੀਕੇ ਦੇ ਨਾਲ ਹੋਇਆ ਹੈ ਪਰ ਜੇਕਰ ਇਸ ਤੋਂ ਅੱਗੇ ਦੇਖੀਏ ਕਿ ਇਸ ਤਰੀਕੇ ਦੇ ਨਾਲ ਜੋ ਕੁਝ ਵਾਪਰ ਰਿਹਾ ਇਹ ਕਾਰਡਾਂ ਦੇ ਉੱਤੇ ਵਾਪਰ ਰਿਹਾ ਇਹ ਸਾਰਾ ਕੁਝ ਹੋਇਆ ਤਾਂ ਮੈਨੂੰ ਤਾਂ ਜਾਪਦਾ ਹੈ ਕਿ ਇਹ ਕਾਰਡਾਂ ਵਾਲੀ ਸਕੀਮ ਨੂੰ ਹਲੇ ਹੋਰ ਬਦਲਣ ਦੀ ਲੋੜ ਹੈ ਜਿਹੜੀ ਇਹਦੇ ਵਿੱਚ ਲੁੱਟ ਹੈ ਉਹ ਕੱਢੇ ਪਰ ਜਾਪਦਾ ਨਹੀਂ ਕਿ ਇਸ ਤਰੀਕੇ ਨਾਲ ਕਿ ਬਹੁਤ ਵੱਡੀ ਇਹਦੇ ਵਿੱਚ ਸੋਧ ਹੋਊਗੀ ਭਾਰਤ ਵਿੱਚ ਨਾ ਕੁਝ ਚੀਜ਼ਾਂ ਨਾ ਮੰਦਗੀਆਂ ਚੱਲ ਰਹੀਆਂ ਜੀ ਕੁਝ ਬੀਮੇ ਕੁਝ ਪਾਲਸੀਆਂ ਕੁਝ ਸਕੀਮਾਂ ਪਿਛਲੇ ਦਿਨੀ ਅਸੀਂ ਉਜਵਲ ਭਾਰਤ ਦੀ ਸਕੀਮ ਦੀ ਗੱਲ ਕੀਤੀ ਸੀ ਜਿੱਥੇ ਜਿੰਨੇ ਸਿਲੰਡਰ ਵੰਡੇ ਗਏ ਆ ਉਹ ਦੂਜੀ ਵਾਰੀ ਭਰਉਣ ਦੀ ਕਿਸੇ ਕੋਲੇ ਹੈਸੀਅਤ ਹੀ ਹੈ ਨਹੀਂ ਸੀ ਉਹ ਉਮੀ ਪਏ ਆ ਹੁਣ ਫਿਰ ਗੁਜਰਾਤ ਚੋਣਾਂ ਵਿੱਚ ਕਿਹਾ ਸੀ ਅੱਜ ਦੂਜੇ ਗੇੜ ਦੀ ਚੋਣ ਹੋ ਰਹੀ ਹੈ ਤਾਂ ਫੇਰ ਕਿਹਾ ਸੀ ਕਿ ਅਸੀਂ ਸਿਲੰਡਰ ਭਰਾ ਕੇ ਦੇਵਾਂਗੇ ਹੋਰ ਵੀ ਬੜੀਆਂ ਸਕੀਮਾਂ ਨੇ ਪਰ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਜਿਹੀ ਠੱਗੀ ਆ ਉਹ ਨਿਕਲ ਕੇ ਸਾਹਮਣੇ ਆਈ ਆ ਜੀ ਜੇਕਰ ਅਕੀ ਗੱਲ ਕਰੀ ਤੇ ਪੰਜਾਬ ਦੇ ਵਿੱਚ ਆਏ ਦੇ ਨੀ ਵਿਜੀਲੈਂਸ ਵਾਲੇ ਨੇ ਕੋਈ ਨਾ ਕੋਈ ਨਵਾਂ ਚੱਕਰ ਪਾਈ ਰੱਖ ਲਿਆ ਤੇ ਹੁਣ ਉਹਨਾਂ ਨੇ ਇੱਕ ਨਵੀਂ ਜਿਹੜੀ ਘਟਨਾ ਉਹ ਸਾਹਮਣੇ ਲਿਆਂਦੀ ਹੈ ਕਾਂਗਰਸ ਦੇ ਮੰਤਰੀ ਬ੍ਰਹਮਿੰਦਰਾ ਦੇ ਸ਼ੱਕ ਦੇ ਘੇਰੇ ਚ ਆ ਗਿਆ ਜੀ ਉਹਨਾਂ ਤੇ ਇੱਕ ਨਵਾਂ ਮਕਦਮਾ ਦਰਜ ਹੋਇਆ ਕੀ ਹੈ ਜੀ ਸਾਰਾ ਮਾਮਲਾ ਦੇਖੋ ਜੀ ਕਾਂਗਰਸੀ ਮੰਤਰੀ ਆ ਬ੍ਰਹਮਿੰਦਰਾ ਜੀ ਬਜ਼ੁਰਗ ਹੋ ਗਏ ਨੇ ਬਿਮਾਰ ਰਹਿੰਦੇ ਨੇ ਕਿਸ ਵਕਤ ਕੈਪਟਨ ਸਾਹਿਬ ਦੇ ਨੇੜੇ ਰਹੇ ਸੀ ਪਿਛਲੇ ਦਿਨੀ ਜਦੋਂ ਕੈਪਟਨ ਸਾਹਿਬ ਵੱਖਰੇ ਹੋ ਗਏ ਸੀ ਤਾਂ ਉਹ ਚੌਣ ਲੜਨਗੇ ਕੈਪਟਨ ਸਾਹਿਬ ਦੇ ਖਿਲਾਫ ਇਹ ਗੱਲ ਵੀ ਨਿਕਲ ਕੇ ਆਈ ਸੀ ਖੈਰ ਨਹੀਂ ਲੜੀ ਉਹਨਾਂ ਨੇ ਤਾਂ ਹੁਣ ਉਮੀਦ ਇਹ ਸੀ ਕਿ ਅਗਲਾ ਵਿਜੀਲੈਂਸ ਕੋਲੇ ਕੇਸ ਕਿਹੜਾ ਹੋਊਗਾ ਜੀ ਓਪੀ ਸੋਨੀ ਓਪੀ ਸੋਨੀ ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਸਰੋਤਾਂ ਤੋਂ ਵੱਧ ਆਮਦਨ ਇਕੱਠੀ ਕੀਤੀ ਹੈ ਇੱਕ ਸੈਨੀਟਾਈਜ਼ਰ ਦਾ ਉਹਨਾਂ ਦੇ ਉੱਤੇ ਮਸਲਾ ਵੀ ਸੀ ਇੱਕ ਗੈਸਟ ਹਾਊਸ ਅੰਮ੍ਰਿਤਸਰ ਵਾਲਾ ਜਿਹੜਾ ਵੇਚਿਆ ਆਪਣਿਆਂ ਨੂੰ ਉਹਦਾ ਮਸਲਾ ਵੀ ਉਹਨਾਂ ਦੇ ਉੱਤੇ ਚੱਲਦਾ ਹੈ ਅਸੀਂ ਮੋਹਰ ਨਹੀਂ ਲਾਉਂਦੇ ਵਿਰਾਸਤ ਮੀਡੀਆ ਮੋਹਰ ਨਹੀਂ ਲਾਉਂਦਾ ਅਸੀਂ ਕਹਿੰਨੇ ਕਿ ਚੱਲਦਾ ਹੈ ਇਸ ਤੋਂ ਅੱਗੇ ਸੀ ਵੀ ਹੁਣ ਕੌਣ ਹੋ ਤਾਂ ਇਹਦੇ ਵਿੱਚ ਹੁਣ ਕੌਣ ਵਿੱਚ ਬ੍ਰਾਹਮਣਰਾ ਜੀ ਉਹਨਾਂ ਨੂੰ ਵਿਜੀਲੈਂਸ ਨੇ ਬੁਲਾ ਲਿਆ ਕਿ ਤੁਸੀਂ ਵੀ ਆਪਣੇ ਸਰੋਤਾਂ ਤੋਂ ਵੱਧ ਜਿਹੜੀ ਆਮਦਨ ਇਕੱਠੀ ਕੀਤੀ ਹੈ ਇਹਦੇ ਵਿੱਚ ਪਿਛਲੇ ਦਿਨੀ ਅਸ਼ੀਸ਼ ਕਪੂਰ ਉਹਨਾਂ ਦੇ ਖਿਲਾਫ ਵੀ ਜਿਹੜਾ ਚਲਾਨ ਪੇਸ਼ ਹੋ ਗਿਆ ਅਸੀਂ ਜਾਣਦੇ ਹਾਂ ਕਿ ਸਾਧੂ ਸਿੰਘ ਧਰਮਸੋਧ ਜਿਨ੍ਹਾਂ ਨੂੰ ਇਹ ਸੀ ਕਿ ਮੈਨੂੰ ਜਗਲਾਤ ਵਾਲੇ ਮਾਮਲੇ ਵਿੱਚ ਘੇਰਨਗੇ ਤੇ ਉਹਨਾਂ ਨੂੰ ਘੇਰ ਲਿਆ ਵਜੀਫਿਆਂ ਵਾਲੇ ਮਾਮਲੇ ਵਿੱਚ ਜੀ ਸੰਗਤ ਸਿੰਘ ਗੇਲ ਜੀਆ ਤੇ ਉਹਨਾਂ ਦਾ ਭਤੀਜਾ ਦਲਜੀਤ ਸਿੰਘ ਗੇਲ ਜੀਆ ਜੀ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਭਪਿੰਦਰ ਹਣੀ ਜੀ ਇਹ ਵੱਡੇ ਵੱਡੇ ਨਾਮ ਨੇ ਰਾਜਾ ਵੜਿੰਗ ਜੀ ਦਾ ਨਾਮ ਵੀ ਸੀ ਬੱਸਾਂ ਵਾਲੇ ਮਾਮਲੇ ਵਿੱਚ ਪਰ ਉਹ ਗੱਲ ਅੱਗੇ ਤੁਰੀ ਨਹੀਂ ਜੀ ਇਸ ਤੋਂ ਅੱਗੇ ਜੇਕਰ ਮੈਂ ਗੱਲ ਕਰਾਂ ਤਾਂ ਹੋਰ ਵੀ ਬੜੇ ਕਾਂਗਰਸੀ ਨੇ ਤੇ ਇੱਕ ਭਾਜਪਾ ਦੇ ਨਾਲ ਜੁੜੇ ਹੋਏ ਵੀ ਨੇ ਜਿਹੜੇ 50 ਲੱਖ ਰੁਪਇਆ ਰਿਸ਼ਵਤ ਹੀ ਸਿੱਧੀ ਵਿਜੀਲੈਂਸ ਨੂੰ ਲੈ ਕੇ ਜਾ ਕੇ ਦੇਣ ਤੁਰ ਪਏ ਸੀ ਬਲਵੀਰ ਸਿੱਧੂ ਜੀ ਦਾ ਵੀ ਨਾਮ ਹੈ ਪਰ ਕੁਝ ਕੁ ਬੰਦੇ ਇਦਾਂ ਦੇ ਨੇ ਜਿਹੜੇ ਹਾਲੇ ਇਸ ਘੇਰੇ ਤੋਂ ਬਾਹਰ ਨਹੀਂ ਜੀ ਪਰ ਹੁਣ ਬ੍ਰਹਮੇਂਦਰਾ ਜੀ ਨੂੰ ਅਗਲੇ ਨੇ ਖਿੱਚ ਲਿਆ ਕਿ ਆਓ ਭਾਈ ਦਿਓ ਹਸਾਬ ਕਿਤਾਬ ਅਸੀਂ ਨਹੀਂ ਕਹਿੰਦੇ ਕਿ ਉਹ ਦੁੱਧ ਤੋਤੇ ਨੇ ਤੇ ਅਸੀਂ ਨਹੀਂ ਕਹਿੰਦੇ ਕਿ ਉਹ ਕ腐ਪਸ਼ਨ ਕਰਦੇ ਨੇ ਖੈਰ ਇੱਕ ਗੱਲ ਤਾਂ ਹੈ ਜੀ ਆਮ ਆਨਵੀ ਪਾਰਟੀ ਦੀ ਜਿੰਦਗੀ ਸਰਕਾਰੀ ਹੈ ਕਿਸੇ ਨਾ ਕਿਸੇ ਤੇ ਵਿਜੀਲੈਂਸ ਵਾਲੇ ਕੋਈ ਨਾ ਕੋਈ ਮਕਦਮਾ ਕਰ ਹੀ ਲੈਂਦੇ ਨੇ ਬਿਲਕੁਲ ਵਿਜੀਲੈਂਸ ਦੇ ਉੱਤੇ ਕਾਫੀ ਬੋਝ ਆ ਜਿਹੜਾ ਬਣਿਆ ਹੋਇਆ ਹੈ ਮੇਰੇ ਖਿਆਲ ਦੇ ਨਾਲ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਨਾਲ ਵਿਜੀਲੈਂਸ ਦੇ ਮੁਖੀ ਦੀ ਇੱਕ ਮੀਟਿੰਗ ਵੀ ਹੋਈ ਸੀ ਉਹਦੇ ਵਿੱਚ ਉਹ ਨਫਰੀ ਤੇ ਕੁਝ ਹੋਰ ਸਾਧਨ ਵੀ ਮੰਗੇ ਸੀ ਜੀ ਤੇ ਮੰਗਣੇ ਵੀ ਬੰਦੇ ਆ ਜਿਸ ਤਰੀਕੇ ਦੇ ਨਾਲ ਉਹਨਾਂ ਕੋਲੇ ਆਏ ਦਿਨ ਕੁਝ ਨਾ ਕੁਝ ਨਵਾਂ ਕੁਝ ਨਾ ਕੁਝ ਨਵਾਂ ਹੁੰ ਹੁਣ ਜੇਕਰ ਅਸੀਂ ਦੇਖਦੇ ਆ ਤਾਂ ਮਾਮਲਾ ਇੱਕ ਹੋਰ ਨਿਕਲ ਕੇ ਆਊਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਦੇਵਾਂ ਚੰਡੀਗੜ੍ਹ ਦੇ ਵਿੱਚ ਇੱਕ ਦਫ਼ਤਰ ਹੈ ਜੀ ਸਟੇਟ ਆਫਿਸ ਦੇ ਨਾਂ ਦੇ ਉੱਤੇ ਜਿਹੜਾ ਮੰਤਰੀਆਂ ਦੀਆਂ ਕੋਠੀਆਂ ਦੀ ਦੇਖਰੇਖ ਕਰਦਾ ਹੈ ਜੀ ਤੇ ਸਾਨੂੰ ਪਤਾ ਹੈ ਪਿਛਲੇ ਦਿਨੀ ਜਦੋਂ ਅਕਾਲੀ ਤੇ ਕਾਂਗਰਸੀ ਮੰਤਰੀਆਂ ਨੇ ਵਿਧਾਇਕਾਂ ਨੇ ਆਪਣੀਆਂ ਹਰੇਸ਼ਾਂ ਖਾਲੀ ਕੀਤੀਆਂ ਉਹ ਕਿਸੇ 'ਚੋਂ ਪੱਖਾ ਨਹੀਂ ਥਿਆਇਆ ਕਿਸੇ 'ਚੋਂ ਸਰਵ ਟ੍ਰੋਲੀ ਨਹੀਂ ਥਿਆਈ ਕਿਸੇ ਚੋ ਡਾਈਨਿੰਗ ਟੇਬਲ ਨਹੀਂ ਥਿਆਇਆ ਕਿਸੇ ਚੋ ਫਰਿਜ ਨਹੀਂ ਥਿਆਈ ਕਿਸੇ ਚੋ ਫਰਨੀਚਰ ਨਹੀਂ ਥਿਆਇਆ ਤੇ ਕਿਸੇ ਚੋ ਕੁਝ ਤੇ ਕਿਸੇ ਚੋ ਕੁਝ ਜੀ ਤੇ ਜਦੋਂ ਪੁੱਛਿਆ ਗਿਆ ਇਹਨਾਂ ਭਲੇਮਾਨ ਲੋਕਾਂ ਨੂੰ ਤਾਂ ਇਹ ਕਹਿੰਦੇ ਜੀ ਅਸੀਂ ਗਲਤੀ ਨਾਲ ਤਾਂ ਪਾਵੜਿਆ ਹੋਵੇ ਜਾਂ ਸਾਨੂੰ ਜਾਪਦਾ ਸੀ ਕਿ ਇਹਦੀ ਹੁਣ ਇੱਥੇ ਜ਼ਰੂਰਤ ਨਹੀਂ ਤੇ ਅਸੀਂ ਇਹਨੂੰ ਲੜਾਮੀ ਵਿੱਚ ਪਾ ਕੇ ਖਰੀਦ ਕੇ ਤੇ ਚੈੱਕ ਵੀ ਕਈਆਂ ਨੇ ਤਾਂ ਵਿਖਾਏ ਜੀ ਕਿ ਆ ਅਸੀਂ ਚੈੱਕ ਵਿਖਾ ਦਿੱਤੇ ਨੇ ਸੰਦੂ ਸਾਹਿਬ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਹੈ ਕਿ ਜੇਕਰ ਕੋਈ ਆਮ ਬੰਦਾ ਉਤਰਾ ਜਾਂਦਾ ਸਰਕਾਰੀ ਦਫ਼ਤਰ ਚ ਪੈਨ ਚੱਕ ਲੈਣਾ ਜੀ ਤਾਂ ਉਹਦੇ ਤੇ ਐਫ ਆਈ ਆਰ ਹੋ ਜਾਂਦੀ ਹੈ ਕਿ ਤੂੰ ਪੈਨ ਇਹ ਸਰਕਾਰੀ ਸੀ ਕਿਹਨੂੰ ਪੁੱਛ ਕੇ ਚੱਕਿਆ ਜੀ ਇਹ ਲੱਖਾਂ ਦਾ ਸਮਾਨ ਲੈ ਗਏ ਤੇ ਉਤੋਂ ਸਿਆਣੇ ਬਣਦੇ ਕਹਿੰਦੇ ਆ ਕਿ ਸਾਡੇ ਤੋਂ ਪੈਸੇ ਲੈ ਲਓ ਬਹੁਤੇ ਕਹਿੰਦੇ ਕਿ ਇਹ ਕੰਮ ਦਾਣੀ ਸੀ ਸੀ ਲਣਾਮੀ ਕਰਾ ਕੇ ਇਹਦਾ ਵਾਜਬ ਮੁੱਲ ਦੇ ਕੇ ਲਿਆ ਜੀ ਬਹੁਤੇ ਕਹਿੰਦੇ ਸਾਡੇ ਕੋਲੇ ਗਿਆ ਨਹੀਂ ਹੁਣ ਇਹਦੇ ਉੱਤੇ ਸਟੇਟ ਆਫਿਸ ਜਿਹੜਾ ਸਿਕੰਜਾ ਕਸਣ ਜਾ ਰਿਹਾ ਹੈ ਹੋ ਸਕਦਾ ਹੈ ਕਿ ਜਿੰਨਾ ਜਿੰਨਾਂ ਦੀਆਂ ਰਹਿਸ਼ਾਂ ਦੇ ਵਿੱਚ ਇਹ ਸਮੱਸਿਆ ਆਈ ਹੈ ਤੇ ਉਹਨਾਂ ਦੇ ਉੱਤੇ ਐਫ ਆਈ ਆਰ ਹੋਵੇ ਪਰਚੇ ਦਰਜ ਹੋ ਜਾਣ। ਖੈਰ ਮੈਂ ਬਹੁਤੀ ਲੰਬੀ ਨਹੀਂ ਗੱਲ ਕਰਦਾ ਇਹਦੇ ਵਿੱਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਔਰ ਵਾਲਾ ਵਕਤ ਦੱਸੂਗਾ। ਸਾਡੀ ਗੱਲ ਨੂੰ ਜ਼ਿਆਦਾ ਸੀਰੀਅਸ ਨਾ ਲਿਆ ਕਰੋ। ਅਸੀਂ ਤਾਂ ਖੈਰ ਤੁਹਾਡੇ ਨਾਲ ਵਕਤ ਪਾਸ ਕਰਨ ਦੇ ਲਈ ਜਾਂ ਕਹਿ ਲਈਏ ਕਿ ਤੁਹਾਡੇ ਨਾਲ ਗੱਲਾਂ ਮਾਰਨ ਦੇ ਲਈ ਇਕੱਠੇ ਹੋ ਜੰਨੇ ਆ। ਇਹ ਸਰਕਾਰੀ ਗੱਲਾਂ ਨੇ ਜੀ ਇਦਾਂ ਦੇ ਕੇਸ ਚੱਲਦੇ ਰਹਿੰਦੇ ਨੇ। ਜੀ ਜਸਵਿੰਦਰ ਜੀ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਸ਼ੁਕਰੀਆ ਸ਼ੁਕਰੀਆ। ਤੁਸੀਂ ਦੇਖ ਰਹੇ ਸੀ ਵਿਰਾਸਤ ਟੀਵੀ ਤੇ ਸਾਡਾ ਖਾਸ ਪ੍ਰੋਗਰਾਮ ਸਮਾਚਾਰ ਸਾਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਲੱਗਿਆ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਸਾਡੀ ਈਮੇਲ ਆਈਡੀ ਤੇ ਆਪਣੇ ਸੁਝਾਅ ਭੇਜ ਸਕਦੇ ਹੋ ਅਤੇ ਜੇਕਰ ਤੁਸੀਂ ਸਾਡਾ ਇਹ ਪ੍ਰੋਗਰਾਮ YouTube ਜਾਂ Facebook ਤੇ ਦੇਖਣਾ ਚਾਹੁੰਦੇ ਹੋ ਤਾਂ ਵਿਰਾਸਤ ਟੀਵੀ ਨਾਮ ਤੇ ਸਾਨੂੰ ਖੋਜ ਸਕਦੇ ਹੋ ਹੌਸਲਾ ਬਜਾਈ ਦੀ ਲਾਈਕ ਕਮੈਂਟ ਜਰੂਰ ਕਰਨਾ ਜੀ ਮੈਨੂੰ ਦਿਓ ਇਜਾਜ਼ਤ ਸਾਥ ਸ਼੍ਰੀ ਅਕਾਲ